ਮਿਤੀ 16/7/24 ਨੂੰ ਅਰਲੀ ਮਾਰਨਿੰਗ ਕਰੀਬ 4 ਵਜੇ ਡਿਵੀਜ਼ਨ ਨੰਬਰ 4 ਦੇ ਵਿੱਚ ਇੱਕ ਇੰਸੀਡੈਂਟ ਰਿਪੋਰਟ ਹੋਇਆ ਸੀ ਕਿ BMC ਚੌਂਕ ਦੇ ਲਾਗੇ ਪੈਟਰੋਲ ਪੰਪ ਦੇ ਲਾਗੇ ਜਿਹੜੀ ਹੈਗੀ ਹੈ ਇੱਕ ਸਨੈਚਿੰਗ ਦੀ ਜਿਹੜੀ ਵਾਰਦਾਤ ਹੋਈ ਸੀ। ਤੋ ਉਸਦੇ ਸੰਬੰਧ ਵਿੱਚ ਜਿਹੜਾ ਹੈਗਾ ਡਿਊਟੀ ਅਫਸਰ SI ਸਰਜੀਤ ਸਿੰਘ ਜਿਹੜਾ ਹੈਗਾ ਉਹ ਮੌਕੇ ਤੇ ਗਿਆ ਸੀਗਾ। ਤੇ ਜਦੋਂ ਮੌਕੇ ਤੇ ਜਾ ਕੇ ਪਤਾ ਲੱਗਿਆ ਕਿ ਵੀ ਇਹ ਕਿਹੜਾ ਪ੍ਰੀਤਮ ਕੁਮਾਰ ਨਾਂ ਦਾ ਬੰਦਾ ਜਿਹੜਾ ਕਿ ਜ਼ੋਮੈਟੋ ਦੇ ਵਿੱਚ ਨੌਕਰੀ ਕਰਦਾ ਹੈ, ਇਹਨੂੰ ਜਿਹੜਾ ਹੈਗਾ 3 ਮੋਟਰਸਾਈਕਲ ਸਵਾਰਾਂ ਨੇ ਰੋਕ ਕੇ ਇਹਦੇ ਕੋਲ ਜਿਹੜਾ ਮੋਬਾਈਲ ਫੋਨ ਖੋਲਿਆ ਸੀ। ਇਹਦਾ ਮੇਨ ਟਾਈਮ ਉਸੇ ਸਮੇਂ ਜਿਹੜੇ ਹੈਗੇ ਨੇ ਗਾਇਕਾ ਹੈਗੀ ਹੈ ਜੋਤੀ ਹੁੰਦਾ ਉਹ ਆਪਣੇ ਸਟਾਫ ਦੇ ਨਾਲ ਜਿਹੜਾ ਉੱਥੋਂ ਲਾਗੇ ਦੇ ਲੰਘ ਰਹੇ ਸੀਗੇ, ਤਾਂ ਉਹ ਵੀ ਮਦਦ ਵਾਸਤੇ ਰੁਕੇ ਇਸ ਮਤਲਬ ਜ਼ੋਮੈਟੋ ਵਾਲੇ ਲੜਕੇ ਦੀ। ਤਾਂ ਉਹਨਾਂ ਨੂੰ ਵੇਖ ਕੇ ਜਿਹੜੇ ਇਹ 3 ਮੋਟਰਸਾਈਕਲ ਸਵਾਰ ਹੈਗੇ ਨੇ ਇਹ ਉਹਦਾ ਮੋਬਾਈਲ ਸਨੈਚ ਕਰਕੇ ਭੱਜਣ ਲੱਗੇ, ਤਾਂ ਨੂਰਾ ਸਿਸਟਰ ਦੇ ਜਿਹੜੇ ਸਟਾਫ ਹੈਗੇ ਆ ਉਹਨਾਂ ਨੇ ਇਹਨਾਂ ਨੂੰ ਮਗਰ ਮਤਲਬ ਗੱਡੀ ਲਾ ਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਿਹਨਾਂ ਦੇ ਵਿੱਚੋਂ ਐਟ ਦੀ ਸਪੋਟ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਮੁਲਜ਼ਮ ਐਪ੍ਰੀਹੈਂਸ਼ਨ ਹੋਈ ਆ ਦੀ, ਤੇ 2 ਜਿਹੜੇ ਮੋਟਰਸਾਈਕਲ ਸਵਾਰ ਸੀਗੇ ਉਹ ਜਿਹੜਾ ਆਪਣਾ ਮੋਟਰਸਾਈਕਲ ਸੀਗਾ ਉਹ ਸੁੱਟ ਕੇ ਉਹ ਉੱਥੋਂ ਭੱਜ ਗਏ ਸੀਗੇ, ਜੋ ਹੁਣ ਇਸੇ ਪੂਰੇ ਜਿਹੜਾ ਹੈਗਾ ਬੁਕੂਏ ਦੀ ਜਿਹੜੀ ਵੈਰੀਫਿਕੇਸ਼ਨ SHO ਡਿਵੀਜ਼ਨ 4 ਵੱਲੋਂ ਕੀਤੀ ਗਈ ਹੈ। ਤੇ ਜਿਹੜਾ ਪ੍ਰੀਤਮ ਕੁਮਾਰ ਦਾ ਜਿਹੜਾ ਹੈਗਾ ਬਿਆਨ ਲਿਖਿਆ ਗਿਆ ਉਹਦੇ ਬਿਆਨ ਦੇ ਅਕੋਰਡਿੰਗਲੀ ਜਿਹੜਾ ਹੈਗਾ ਵਾ ਸੈਕਸ਼ਨ 307(3)(5) BNS ਦੇ ਤਹਿਤ ਥਾਣਾ ਡਿਵੀਜ਼ਨ ਨੰਬਰ 4 ਦੇ ਵਿੱਚ ਜਿਹੜਾ ਹੈਗਾ ਇਹ ਮੁਕੱਦਮਾ ਜਿਹੜਾ ਹੈਗਾ ਜੀਤਾ ਵਗੈਰਾ ਜਿਹੜਾ ਸੀ ਇਹ ਖਿਲਾਫ ਇਹ ਮੁਕੱਦਮਾ ਦਰਜ ਕਰਨ ਲੱਗੇ ਕੀਤਾ ਜਾ ਰਿਹਾ। ਤੋ ਫਿਲਹਾਲ ਜਿਹੜਾ ਹੈਗਾ ਜਿਹੜੇ ਇਹਦੇ ਨਾਲ ਦੇ 2 ਹੈਗੇ ਨੇ ਹੋਰ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਹੈਗਾ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਆਪਣੀ ਸ਼ੁਰੂਆਤ ਜਿਹੜਾ ਹੈਗਾ ਪੁਲਿਸ ਪਾਰਟੀ ਜਿਹੜੀ ਹੈਗੀ ਆ ਉਹ ਅਸੀਂ ਰਵਾਨਾ ਕੀਤੀਆਂ ਹੋਈਆਂ ਨੇ। ਤੋ ਪ੍ਰੋਪਰਲੀ ਇਹਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਜਾਰੀ ਹੈਗੀ ਹੈ ਕਿ ਜਿਹੜਾ ਇਹ ਲੁਟਿੰਗ ਜਿਹੜੀ ਇਹਨਾਂ ਨੇ ਕੀਤੀ ਹੈਗੀ ਆ ਇਹ ਕਿੰਨੀ ਆ, ਕਿੰਨਾਂ ਨੇ ਕੋਈ ਹੋਰ ਵਾਰਦਾਤਾਂ ਕੀਤੀਆਂ ਹੈਗੀਆਂ ਨੇ ਜਾਂ ਇਹ ਜਾਂ ਰਾਤ ਬਰਾਤੀ ਜਿਹੜੇ ਹੈਗੇ ਆ ਕੋਲੇ ਕੋਲੇ ਲੋਕਾਂ ਨੂੰ ਪ੍ਰੋਪਰ ਜਿਹੜਾ ਹੈਗਾ ਇੰਟੈਰੋਗੇਸ਼ਨ ਜਿਹੜੀ ਹੈਗੀ ਕਰਾਂਗੇ।